मैं जन तेरा
हरी संगत तेरा 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 हरे किसे शरीर ने किया सी बाबा नंद सिंह जी नू बाबा जी मन बेचैन रहिंदा हर वेले अपने अफसरां कोलों डर लगा रहिंदा ताड़ना ना हो जाए हर वेले मन च भय बणिया रहिंदा कोई इल्जाम ना लग जाए हर वेले मन बेचैन रहिंदा कोई उंगली ना करे ते बाबा नंद सिंह जी ने एक उपदेश दिता सी उस शरीर नू कहंदे सी जदों तू अपने दफ्तर जाना कोई बेचैन होण दी लोड़ नहीं जदों अपने दफ्तर जाना है ते एकदम जांदियां कुर्सी ते नहीं बहना एकदम जांदियां कुर्सी ते नहीं बहना भावे पांच पौड़ियां पढ़ लै पांच वारी मूल मंत्र पढ़ लै भावे पांच वारी गुरु मंत्र पढ़ लै ये पढ़ के छोटी जी अरदास करके कुर्सी ते बहना है वो केड़ी अरदास गुरु नानक कुर्सी तेरी दफ्तर तेरा मैं तेरा ये सब नौकरी तेरी तेरा बिठाया बैठन लगा वा कलम तेरी कुर्सी तेरी दफ्तर तेरा नौकरी तेरी तेरा बिठाया बैठन लगा जिदा काम कराना ही करा ली जिदे कोलो ना करानी हूं ना करा दी तेरा बन के बैठन लगा बाबा जी कहंदे जदो तेरा बन के ओदा बन के बैठेगा भौजल आएगी नहीं तेरा करे सब कोई
ਹਰ ਮਨ ਮਨ ਵਸਿਆ ਸੋਈ ਜੈ ਜੈਕਾਰ ਕਰੇ ਜੈ ਜੈਕਾਰ ਕਰੇ ਬੋਲੋ ਜੀ ਜੈ ਜੈਕਾਰ ਪ੍ਰਕਰਨ ਮਹਾਰਾਜ ਨੇ ਕਿਉਂ ਸ਼ੁਰੂ ਕਰਵਾਇਆ? ਮੇਰੇ ਖਿਆਲ ਨਾਲ ਇਸ ਵਾਸਤੇ ਕਰਾਇਆ, ਇਸੇ ਜਨਮ ਦੇ ਵਿੱਚ ਸਾਡੀ ਅੱਖ ਗੁਰੂ ਨਾਨਕ ਮਹਾਰਾਜ ਨੂੰ ਪਛਾਣ ਲਵੇ। ਇਹ ਪ੍ਰਕਰਨ ਮਹਾਰਾਜ ਨੇ ਕਿਉਂ ਸ਼ੁਰੂ ਕਰਾਇਆ? ਇਸੇ ਜਨਮ ਦੇ ਵਿੱਚ ਅਸੀਂ ਸਾਰੇ ਗੁਰੂ ਨਾਨਕ ਦੇ ਆਸ਼ਕ ਬਣ ਜਾਈਏ, ਉਹਦੇ ਪਿਆਰੇ ਬਣ ਜਾਈਏ, ਉਹਦੇ ਦੁਲਾਰੇ ਬਣ ਜਾਈਏ। ਇੱਕ ਹੁੰਦਾ ਨਾ, ਹਿਰਦੇ ਵਿੱਚ ਕੋਈ ਤਰੇੜ ਦੀ ਜਗ੍ਹਾ ਹੀ ਨਾ ਰਹੇ, ਹਿਰਦੇ ਵਿੱਚ ਕੋਈ ਕਿੰਤੂ ਦੀ ਜਗ੍ਹਾ ਹੀ ਨਾ ਰਹੇ। ਇਹੋ ਜਿਹਾ ਸਾਡਾ ਜੀਵਨ ਬਣ ਜੇ ਕਿ ਅਸੀਂ ਆਹ ਨਾ ਵੇਖੀਏ ਗੁਰੂ ਕਰ ਕੀ ਰਿਹਾ, ਅਸੀਂ ਆਹ ਵੇਖੀਏ ਗੁਰੂ ਕਹਿ ਕੀ ਰਿਹਾ। ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਇਸੇ ਜਨਮ ਦੇ ਵਿੱਚ ਹੀ ਇੱਕ ਜਿਹੜੀ
ਬਾਰਡਰ ਹੁੰਦਾ ਨਾ, ਬਾਰਡਰ ਟੱਪਣਾ ਹੁੰਦਾ, ਤੇ ਬਾਰਡਰ ਟੱਪ ਕੇ ਫਿਰ ਦੂਸਰੇ ਪਾਸੇ ਕੀ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਸ ਉਹ ਬਾਰਡਰ ਟੱਪ ਜਾਈ, ਜਿਵੇਂ ਦਾਸ ਨੇ ਪਹਿਲੇ ਵੀ ਬੇਨਤੀ ਕੀਤੀ ਹੈ, ਸਾਰੇ ਅਵਤਾਰ ਤੇ ਪੈਗੰਬਰ ਸਤਿਕਾਰ ਯੋਗ ਨੇ, ਪਰ ਇਹ ਪੰਕਤੀ ਜੈ ਜੈਕਾਰ ਕਰੇ ਸਭ ਕੋਈ, ਕੇਵਲ ਗੁਰੂ ਨਾਨਕ ਲਈ ਗਾਈ ਜਾ ਸਕੇ। ਇਹ ਛੋਟੀ ਜਿਹੀ ਗੱਲ ਹੈ ਕੋਈ, ਲੱਖਾਂ ਮੁਸਲਮਾਨ ਵੀਰ ਗੁਰੂ ਨਾਨਕ ਦੇ ਆਸ਼ਕ ਨੇ, ਮੁਸਲਮਾਨ ਵੀਰਾਂ ਦਾ ਕੇਂਦਰੀ ਅਸਥਾਨ ਮੱਕਾ, ਜਿੱਥੇ ਅੱਜ ਵੀ ਗੁਰੂ ਨਾਨਕ ਦੀਆਂ ਖੜਾਵਾਂ ਦੀ ਪੂਜਾ ਹੋ ਰਹੀ ਹੈ। ਲੱਖਾਂ ਹਿੰਦੂ ਵੀਰ, ਇਹ ਸਾਰੇ ਪ੍ਰਕਰਣ ਤੁਸੀਂ ਸੁਣ ਚੁੱਕੇ ਹੋ ਪਹਿਲੇ ਚਾਰ ਭਾਗਾਂ ਚ, ਅੱਜ ਪੰਜਵੇਂ ਭਾਗ ਦੀ ਵਾਰੀ। ਲੱਖਾਂ ਹਿੰਦੂ ਵੀਰ ਗੁਰੂ ਨਾਨਕ ਨੂੰ ਗਾ ਰਹੇ ਨੇ, ਕਰੋੜਾਂ ਦੀ ਗਿਣਤੀ ਚ ਸਿੱਖ ਗੁਰੂ ਨਾਨਕ ਨੂੰ ਗਾ ਰਹੇ ਨੇ, ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਤਿੱਬਤੀ ਗੁਰੂ ਨਾਨਕ ਨੂੰ ਗਾ ਰਹੇ ਨੇ, ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਸਿੰਧੀ ਗੁਰੂ ਨਾਨਕ ਨੂੰ ਗਾ ਰਹੇ ਨੇ, ਸਿੱਕਲੀ ਗਰ ਗੁਰੂ ਨਾਨਕ ਨੂੰ ਗਾ ਰਹੇ ਨੇ, ਲੱਖਾਂ ਮੁਗਲ ਗੁਰੂ ਨਾਨਕ ਨੂੰ ਗਾ ਰਹੇ ਨੇ, ਲੱਖਾਂ ਉਦਾਸੀ ਸੰਤ ਗੁਰੂ ਨਾਨਕ ਨੂੰ ਗਾ ਰਹੇ ਨੇ। ਸਾਧ ਸੰਗਤ ਜੀ, ਜੋ ਪਿਛਲੀ ਵਾਰੀ ਆਪ ਜੀ ਨੇ ਸੁਣਿਆ ਸੀ ਸੁਥਰੇ, ਉਹ ਵੀ ਗੁਰੂ ਨਾਨਕ ਨੂੰ ਗਾ ਰਹੇ ਨੇ, ਤੇ ਮੁਲਤਾਨ ਦੇ ਪੀਰ ਫਕੀਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਅੱਜ ਤੱਕ ਗੁਰੂ ਨਾਨਕ ਦਾ ਸਿੱਕਾ ਚੱਲ ਰਿਹਾ ਹੈ, ਉਹ ਵੀ ਗੁਰੂ ਨਾਨਕ ਨੂੰ ਗਾ ਰਹੇ ਨੇ। ਕੌਣ ਹੈ ਗੁਰੂ ਨਾਨਕ? ਚੀਨੀ ਵੀ, ਸਿੱਖ ਵੀ, ਮੁਸਲਮਾਨ ਵੀ, ਹਿੰਦੂ ਵੀ, ਤਿੱਬਤੀ ਵੀ, ਵਣਜਾਰੇ ਵੀ, ਸਿਕਲੀ ਗਰ ਵੀ, ਸਿੰਧੀ ਵੀ, ਸੁਥਰੇ ਵੀ, ਉਦਾਸੀ ਸੰਤ ਵੀ, ਮੁਗਲ ਵੀ, ਪੀਰ ਫਕੀਰ ਵੀ, ਇਹ ਅੰਦਰੋਂ ਕਹਿਣਾ ਪਏਗਾ ਸਾਡਾ ਪਿਓ ਕੌਣ ਹੈ ਸਾਧਸੰਗ ਜੀ। ਜੈ ਜੈਕਾਰ ਕਰੇ ਸੰਤੋਈ, ਬੋਲੋ ਜੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸੰਤੋਈ, ਮਨ ਤਨ ਵਸਿਆ ਸੋਈ, ਜੈਕਾਰ ਕਰੇ ਸਭ ਕੋਈ, ਜੈਕਾਰ ਕਰੇ ਸਭ ਕੋਈ, ਤੂੰ ਕੌਣ ਹੈ? ਜੈ ਜੈਕਾਰ ਕਰੇ ਸਭ ਕੋਈ। ਇਹ ਜਿਹੜੇ ਵਣਜਾਰੇ ਨੇ ਨਾ ਜੀ, ਵਣਜਾਰੇ ਜਿਹੜੇ ਮਿਸ਼ਨਰੀ ਰਸਾਲੇ ਨੇ, ਇਹਨਾਂ ਨੇ ਵਣਜਾਰਿਆਂ ਦੀ ਗਿਣਤੀ ਕਰੋੜਾਂ ਦੇ ਵਿੱਚ ਲਿਖੀ, ਖੋਜ ਕਰਕੇ ਕਰੋੜਾਂ ਦੀ ਗਿਣਤੀ 'ਚ, ਆਪਣੇ ਪ੍ਰਚਾਰ ਦੀ ਘਾਟ ਕਰਕੇ ਅਗਲੀ ਗੱਲ ਇਹਨਾਂ ਤੱਕ ਨਹੀਂ ਪਹੁੰਚੀ, ਪਰ ਆਪਣਾ ਮੁਰਸ਼ਦ ਈਸ਼ਟ ਗੁਰਦੇਵ ਮਾਲਕ ਪ੍ਰਭੂ ਬੀਠਲ ਗੁਰੂ ਨਾਨਕ ਨੂੰ ਸਮਝਦੇ,
ਜੋ ਪੜਿਆ ਮੈਂ ਆਪ ਜੀ ਅੱਗੇ ਰੱਖ ਰਿਹਾ, ਇਹਨੂੰ ਇਹ ਨਹੀਂ ਵੀ ਤੁਸੀਂ ਕਰੋ, ਇੱਕ ਦੱਸ ਰਹੇ ਆ ਵੀ ਉਹਦੀ ਲੀਲਾ ਕਿੱਥੇ ਕਿੱਥੇ ਹੈ। ਇਹ ਵਣਜਾਰਿਆਂ ਦੇ ਵਿੱਚ ਕਿਹੜੀ ਰੀਤ ਹੈ, ਇਹਨਾਂ ਦਾ ਜਦੋਂ ਬੱਚਾ ਜਨਮ ਲੈਂਦਾ ਨਾ ਜੀ, ਬੱਚਾ ਜਦੋਂ ਸਾਲ ਦੋ ਸਾਲ ਦਾ ਹੁੰਦਾ ਨਾ, ਉਹਦੇ ਹੱਥ ਦੇ ਉੱਤੇ ਇੱਕ ਓਂਕਾਰ ਲਿਖਾਉਂਦੇ ਨੇ, ਉਹਦੇ ਹੱਥ ਤੇ ਇੱਕ ਓਂਕਾਰ ਲਿਖਾਉਂਦੇ ਨੇ। ਤੇ ਉਹਨਾਂ ਵਿੱਚ ਇਹ ਰਿਵਾਜ ਏ, ਜਦੋਂ ਹੱਥ ਤੇ ਪੂਰਾ ਬਰਾਦਰੀ ਸੱਦ ਕੇ ਇੱਕ ਓਂਕਾਰ ਲਿਖਾਉਂਦੇ ਨੇ, ਤੇ ਉਸ ਦਿਨ ਤੋਂ ਸਮਝਦੇ ਨੇ ਕਿ ਇਹ ਸਾਡਾ ਬੱਚਾ ਅੱਜ ਤੋਂ ਗੁਰੂ ਨਾਨਕ ਦਾ ਹੋ ਗਿਆ। ਤੁਸੀਂ ਇੰਜ ਨਾ ਕਰਿਓ, ਕਿਸੇ ਨੇ ਲਿਖਾਇਆ ਵੀ ਹੋਵੇ ਮਿਟਾ ਦੇਣਾ। ਮੈਂ ਇੱਕ ਉਹਨਾਂ ਦਾ ਰਿਵਾਜ ਦੱਸ ਰਿਹਾ, ਕਿਉਂਕਿ ਕਈ ਹੱਥਾਂ 'ਤੇ ਜਾਂ ਲਿਖਾ ਲੈਂਦੇ ਆ, ਤਾਂ ਫਿਰ ਉਹ ਚੀਜ਼ ਲੈਟਰਿੰਗ ਬਾਥਰੂਮ ਜਾਣੀ ਹੁੰਦੀ, ਪਾਣੀ ਜੂਠਾ ਪੈਣਾ ਹੁੰਦਾ, ਕਈ ਬਿੱਦ ਵੀ ਹੁੰਦੀ, ਤੁਸੀਂ ਨਹੀਂ ਕਰਨਾ। ਇੱਕ ਉਹਨਾਂ ਦਾ ਸਧਾਰਨ ਰਿਵਾਜ ਤੁਰਿਆ ਆ ਰਿਹਾ, ਸਿਰਫ ਰੱਖ ਰਿਹਾ ਕਿ ਕਰੋੜਾਂ ਦੀ ਗਿਣਤੀ ਵਣਜਾਰਿਆਂ ਦੀ ਅੰਮ੍ਰਿਤ ਦਾ ਪ੍ਰਚਾਰ ਉਹਨਾਂ ਤੱਕ ਨਹੀਂ ਪਹੁੰਚ ਸਕਿਆ। ਉਹਨਾਂ ਦੀ ਉਹ ਰੀਤ ਚੱਲੀ ਆ ਰਹੀ ਹੈ ਵੀ ਬੱਚਾ ਸਾਲ ਦੋ ਸਾਲ ਦਾ ਹੋਵੇ, ਬਰਾਦਰੀ ਇਕੱਠੀ ਕਰਕੇ ਹੱਥ ਤੇ ਇੱਕ ਓਂਕਾਰ ਲਿਖਾਉਂਦੇ ਨੇ, ਤੇ ਸਮਝਦੇ ਨੇ ਅੱਜ ਤੋਂ ਬਾਅਦ ਸਾਡਾ ਬੱਚਾ ਗੁਰੂ ਨਾਨਕ ਦਾ ਬਣ ਗਿਆ। ਔਰ ਉਹਨਾਂ 'ਚ ਰਿਵਾਜ ਇਹ ਗੁਰੂ ਨਾਨਕ ਦੇ ਨਾਂ ਦਾ ਸਵਾ ਰੁਪਈਆ ਰੱਖ ਕੇ ਤੇ ਉਹਦੇ ਆਲੇ ਦੁਆਲੇ ਲਾਵਾਂ ਲੈਂਦੇ। ਆਪਾਂ ਨਹੀਂ ਕਰਨਾ, ਇੱਕ ਗੱਲ ਕਰ ਰਹੇ ਹਾਂ, ਇਹ ਕਰੋੜਾਂ ਦੀ ਗਿਣਤੀ 'ਚ ਬਣ ਜਾ ਰਹੇ ਨੇ, ਪਰ ਆਪਣਾ ਈਸ਼ਟ ਗੁਰੂ ਨਾਨਕ ਨੂੰ ਗਿਣਦੇ ਨੇ। ਕਹਿ ਦਿਓ ਨਾਲ ਇੱਕ ਵਾਰੀ ਜੀ, ਗਜ ਕੇ ਆਖੋ ਸਤਿਨਾਮ। ਇੱਕ ਸ਼ਹਿਰ ਦਾ ਨਾਂ ਹੈ ਗਯਾ, ਉਸ ਜਗ੍ਹਾ ਦਾ ਨਾਂ ਹੈ ਗਯਾ, ਤੇ ਉਹਦੇ ਅੰਦਰ ਇੱਕ ਇਲਾਕਾ, ਉਹਨੂੰ ਕਹਿੰਦੇ ਰੰਜੋਲੀ। ਹੁਣ ਜਿਵੇਂ ਆਪਾਂ, ਸਾਨੂੰ ਕਈ ਕਹਿ ਦਿੰਦੇ ਨੇ ਪੰਜਾਬੀ ਹੈ ਜੀ, ਆ ਸਿੰਧੀ ਹੈ ਜੀ, ਸ਼ਹਿਰਾਂ ਦੇ ਨਾਂ ਨਾਲ ਕਈ ਵਾਰੀ ਸਾਡਾ ਨਾਂ, ਇਹ NRI ਹੈ ਜੀ, ਬਾਹਰੋਂ ਆਇਆ, ਇਹ ਪੰਜਾਬੀ ਨੇ, ਉਹਨਾਂ ਦੇ ਨਾਂ ਨਾਲ ਰੰਜੋਲੀ ਵੱਜਦਾ। ਤੇ ਦਾਸ ਪੜ੍ਹ ਕੇ ਹੈਰਾਨ ਹੋ ਗਿਆ ਕਿ ਇਹ ਰੰਜੋਲੀ ਸ਼ਹਿਰ ਵਿੱਚ ਇੱਕ ਫਕੀਰ ਹੋਇਆ ਕੱਲਨ ਸ਼ਾਹ, ਤਪ ਕਰਦਾ ਸੀ ਤਪ, ਗੁਰੂ ਨਾਨਕ ਦੀ ਕਿਤੇ ਕਿਰਪਾ ਹੋਈ ਹੈ, ਰੰਜੋਲੀ ਵਿੱਚ ਚਰਨ ਪਏ ਮਹਾਰਾਜ ਜੀ ਦੇ। ਕਦੀ ਕਦੀ ਕਹਿੰਦੇ ਸੀ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ, ਤੇ ਕਦੀ ਕਦੀ ਕਹਿੰਦੇ ਸੀ ਮਰਦਾਨਿਆਂ ਕੀਰਤਨ ਕਰ। ਤੁਸੀਂ ਸੁਣਿਆ ਹੀ ਹੈ, ਅੱਗੇ ਕਈ ਨਵੇਂ ਆਏ ਹੁੰਦੇ ਨੇ, ਇੱਕ ਹੁੰਦਾ ਗੁਰਮੰਤਰ, ਇੱਕ ਹੁੰਦਾ ਮੂਲ ਮੰਤਰ, ਇੱਕ ਹੈ ਮਹਾਂਮੰਤਰ। ਇਹ ਗੁਰਬਾਣੀ ਨੂੰ ਕੀਰਤਨ ਵਿੱਚ ਸੁਣਨਾ, ਇਹ ਮਹਾਂਮੰਤਰ ਹੈ। ਪੰਜ ਸੌ ਪੰਜਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਂਪੁਰਸ਼ਾਂ ਅਤੇ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ
ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਵੱਲੋਂ ਸੱਤਵੀਂ ਲਹਿਰ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਦੇ ਸੰਬੰਧ ਵਿੱਚ ਮਿਤੀ 24 ਜੂਨ 2017 ਨੂੰ ਹੋਏ ਪਹਿਲੇ ਜਪਤਪ ਅਰਦਾਸ ਸਮਾਗਮ ਵਿੱਚ ਬੇਅੰਤ ਸੰਗਤਾਂ ਨੇ ਬੇਅੰਤ ਗੁਰਬਾਣੀ ਪਾਠ ਅਤੇ ਸਿਮਰਨ ਜਾਪ ਦੀਆਂ ਹਾਜ਼ਰੀਆਂ ਲਗਾਈਆਂ। ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਸ਼ੁਕਰਾਨਾ। ਇਸੇ ਲਹਿਰ ਦੇ ਸੰਬੰਧ ਵਿੱਚ ਦੂਸਰਾ ਜਪਤਪ ਅਰਦਾਸ ਸਮਾਗਮ ਮਿਤੀ 2 ਦਸੰਬਰ 2017 ਦਿਨ ਸ਼ਨੀਵਾਰ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਵੱਧ ਤੋਂ ਵੱਧ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸ਼੍ਰੀ ਜਪਜੀ ਸਾਹਿਬ ਜੀ ਅਤੇ ਗੁਰੂ ਮੰਤਰ ਜਾਪ ਵਾਹਿਗੁਰੂ ਵਾਹਿਗੁਰੂ ਦੀਆਂ ਹਾਜ਼ਰੀਆਂ ਲਗਾਉਣੀਆਂ ਹਨ ਜੀ। ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ 98765-25-825-27-30-30। ਗੁਰ ਇਕਬਾਲ ਸਿੰਘ ਜੀ ਵੱਲੋਂ ਗਾਇਨ ਕੀਤੇ VCD, CD, MP3 ਤੇ DVD ਦੇ 350 ਤੋਂ ਵੀ ਵੱਧ ਨੰਬਰ ਆਪ ਜੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤਰਨ ਤਾਰਨ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਘਰ ਬੈਠੇ ਹੀ ਕੋਰੀਅਰ ਰਾਹੀਂ ਪ੍ਰਾਪਤ ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਸੰਪਰਕ ਕਰੋ 98765-25-860। ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ, ਪੰਜ ਖੰਡ ਕੀ ਹਨ, ਨਿਮਰਤਾ ਨਿਰਵੈਰਤਾ, ਦਇਆ ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ ਚ ਕੈਸਾ ਹੋਵੇ, ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ ਵੱਡੇ ਅਸਰ, ਅਨਮੋਲ ਵਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ, ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765-25-850।